ਜੇ ਮੰਤਰ ਸਰਬ ਕੋ ਗਿਆਨ ਸਤਗੁਰੂ ਜੀ ਕਹਿੰਦੇ ਬੀਜ ਮੰਤਰ ਕੀ ਏ ਬੀਜ ਮੰਤਰ ਏ ਆ ਜੀ ਸਰਬ ਕੋ ਗਿਆਨ ਸਾਰਿਆਂ ਨੂੰ ਜਿਹੜਾ ਗਿਆਨ ਹੁੰਦਾ ਏ ਗਿਆਨ ਗਿਆਨ ਕਿੱਥੋਂ ਮਿਲਦਾ ਏ ਜੀ ਨਾਮ ਤੋਂ ਬੀਜ ਮੰਤਰ ਕੀ ਏ ਨਾਮ ਬੀਜ ਮੰਤਰ ਕੀ ਏ ਓੰਕਾਰ ਬੀਜ ਮੰਤਰ ਕੀ ਏ ਜੀ ਬੱਚੇ ਨੂੰ ਵੀ ਪਤਾ ਏ ਕਿ ਰੱਬ ਓ ਆ ਬੱਚੇ ਨੂੰ ਵੀ ਪਤਾ ਏ ਉਹ ਰੱਬ ਆ ਜਦੋਂ ਬੱਚਾ ਸਮਝ ਜਾਂਦਾ ਆ ਸੋਝੀ ਦੇ ਵਿੱਚ ਆ ਜਾਂਦਾ ਆ ਸਮਝਦਾ ਆ ਕਿ ਰੱਬ ਹੈ ਰੱਬ ਉਹ ਆ ਬੀਜ ਮੰਤਰ ਸਰਬ ਕੋ ਗਿਆਨ ਬੀਜ ਮੰਤਰ ਭਾਵ ਕੇ ਸਾਰਿਆਂ ਨੂੰ ਇਸ ਗੱਲ ਦਾ ਗਿਆਨ ਹੈਗਾ ਆ ਕਿ ਪਰਮੇਸ਼ਰ ਹੈ ਰੱਬ ਹੈ ਸਾਰਿਆਂ ਦੇ ਵਿੱਚ ਆ ਸਾਰੇ ਪਾਸੇ ਰਮਿਆ ਹੋਇਆ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੇ ਉਪਕਾਰ ਬੀਜ ਮੰਤਰ ਓੰਕਾਰ ਆ ਬੀਜ ਮੰਤਰ ਇਹ ਜਿਹੜਾ ਓੰਕਾਰ ਇੱਕ ਓੰਕਾਰ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਜਿਹਦਾ ਸਾਰਾ ਆਕਾਰ ਏ ਜਿਹਦਾ ਸਾਰਾ ਹੀ ਪਸਾਰਾ ਫੈਲਿਆ ਹੋਇਆ ਗੁਰੂ ਜੀ ਕਹਿੰਦੇ ਸਭ ਇਹ ਗਿਆਨ ਹੈ ਜਿਹੜਾ ਨਾਮ ਤੋਂ ਪ੍ਰਾਪਤ ਹੁੰਦਾ ਹੈ ਚਹ ਵਰਨਾ ਮੈਂ ਜਪੈ ਕੋ ਨਾਮ ਸਤਗੁਰੂ ਜੀ ਕਹਿੰਦੇ ਜੇ ਚਾਰ ਵਰਨਾ ਦੀ ਗੱਲ ਕਰੀਏ ਨਾ ਚਾਰੇ ਵਰਨਾ ਦੇ ਵਿੱਚ ਜਪੈ ਕੋ ਨਾਮ ਸਤਗੁਰੂ ਜੀ ਕਹਿੰਦੇ ਭਾਈ ਇਹ ਚਾਰੇ ਵਰਨਾਂ ਦੇ ਵਿੱਚ ਬੀਜ ਮੰਤਰ ਰੂਪੀ ਜਿਹੜਾ ਓਮਕਾਰ ਸਤਨਾਮ ਮੰਤਰ ਹੈ ਨਾ ਉਸ ਨਾਮ ਨੂੰ ਚੋਹਾਂ ਵਰਨਾਂ ਦੇ ਵਿੱਚ ਕੋਈ ਵੀ ਜਪੇ ਚੋਹ ਵਰਨ ਨਾਮੈ ਜਪੈ ਕੋ ਨਾਮ ਕੋਈ ਜਪੇ ਉਸ ਨੂੰ ਗਿਆਨ ਮਿਲਦਾ ਆ ਜੇ ਕੋਈ ਵੀ ਉਹਦਾ ਨਾਮ ਜਪਦਾ ਆ ਚਾਰੇ ਵਰਨਾਂ ਦੇ ਵਿੱਚ ਉਸ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਰੋਜੋ ਜਪੈ ਤਸਕੀਗਤ ਹੋਏ ਸਤਗੁਰੂ ਜੀ ਕਹਿੰਦੇ ਗਿਆਨ ਦਾ ਬੰਦਾ ਮੰਨ ਰਿਹਾ ਗੁਰਬਿੰਦ ਗਿਆਨ ਨਾ ਹੋਏ ਹੋਏ ਗੁਰੂ ਤੋਂ ਬਿਨਾ ਗਿਆਨ ਨਹੀਂ ਹੁੰਦਾ ਭਾਵ ਕਿ ਜਦੋਂ ਤੇਰੇ ਅੰਦਰ ਨਾਮ ਆ ਗਿਆ ਜਦੋਂ ਤੇਰੇ ਅੰਦਰ ਨਾਮ ਦੀ ਕਣੀ ਵਸ ਗਈ ਤੈਨੂੰ ਗਿਆਨ ਮਿਲ ਜੇਗਾ ਤੈਨੂੰ ਗਿਆਨ ਆ ਜਾਏਗਾ ਸ੍ਰਿਸ਼ਟੀ ਹੈ ਕਿ ਇਹ ਤੈਨੂੰ ਗਿਆਨ ਮਿਲ ਜੇਗਾ ਕਿ ਸਰਗੁਣ ਤੇ ਨਿਰਗੁਣ ਕੀ ਏ ਇੱਕੋ ਦਾ ਨਾਮ ਏ ਆ ਸਰਗੁਣ ਇੱਕ ਹੀ ਸਰਗੁਣ ਏ ਇੱਕ ਹੀ ਨਿਰਗੁਣ ਏ ਸਰਗੁਣ ਨਿਰਗੁਣ ਆਪ ਹੈ ਦੋਨੋਂ ਆਪ ਨੇ ਓ ਇੱਕੋ ਹੀ ਏ ਇਕ ਸਾਹਮਣੇ ਵਰਤਦਾ ਪਿਆ ਆ ਇਕ ਨਿਰਗੁਣਿਆ ਗੁਪਤ ਰੂਪ ਦੇ ਵਿੱਚ ਆ ਗੁਰੂ ਜੀ ਕੀ ਕਿਰਪਾ ਕਰਦੇ ਆ ਜੋ ਜੋ ਜਪੈ ਜਿਹੜਾ ਉਸ ਵਾਹਿਗੁਰੂ ਦੇ ਨਿਰਗੁਣ ਸਰਗੁਣ ਸਰੂਪ ਦੇ ਗੁਣਾਂ ਨੂੰ ਗਾਉਂਦਾ ਆ ਵਾਹਿਗੁਰੂ ਦੇ ਨਾਮ ਨੂੰ ਜਪਦਾ ਆ ਤਿਸ ਕੀ ਗਤ ਹੋਏ ਸਤਗੁਰੂ ਜੀ ਕਹਿੰਦੇ ਪਿਆਰਿਓ ਉਹਦੀ ਮੁਕਤੀ ਹੋ ਜਾਂਦੀ ਉਹਦਾ ਕਲਿਆਣ ਹੋ ਜਾਂਦਾ ਹੈ ਸਾਧ ਸੰਗ ਪਾਵੇ ਜਨ ਕੋਏ ਸਾਧ ਸੰਗਤ ਕਰਨ ਦੇ ਨਾਲ ਕੋਏ ਕੋਈ ਪਾ ਲੈਂਦਾ ਆ ਭਾਵ ਕਿ ਕੋਈ ਵਿਰਲਾ ਆ ਜਿਹੜਾ ਸਾਧ ਸੰਗ ਕਰਕੇ ਨਾਮ ਨੂੰ ਪਾਉਂਦਾ ਆ ਗੁਰੂ ਜੀ ਕਹਿੰਦੇ ਪਿਆਰਿਓ ਇਹ ਜਿਹੜਾ ਨਾਮ ਹੈ ਨਾ ਗਿਆਨ ਦੇਣ ਵਾਲਾ ਜਿਹੜਾ ਨਾਮ ਹੈ ਇਹ ਸੰਗਤ ਚੋਂ ਮਿਲਦਾ ਹੈ ਜਿਵੇਂ ਇਹ ਬੱਚਾ ਆ ਨਾ ਜਿਹੜਾ ਜਿਉਨੇ ਕੁਝ ਸਿੱਖਣਾ ਹੋਵੇ ਤਾਂ ਉਹ ਪਾਠਸ਼ਾਲਾ ਦੇ ਵਿੱਚ ਜਾਂਦਾ ਆ ਸਕੂਲ ਦੇ ਵਿੱਚ ਜਾਂਦਾ ਆ ਸਕੂਲ ਦੇ ਵਿੱਚ ਕਲਾਸਾਂ ਲੱਗਦੀਆਂ ਨੇ ਇਮਤਿਹਾਨ ਹੁੰਦੇ ਆ ਫਿਰ ਪਾਸ ਹੁੰਦਾ ਬੱਚਾ ਸੰਗਤ ਤੇ ਜਿਹੜੀ ਇੱਕ ਸਕੂਲ ਦੀ ਤਰ੍ਹਾਂ ਆ ਉੱਥੇ ਸਿੱਖਿਆ ਮਿਲਦੀ ਏ ਕਾਦੀ ਸਿੱਖਿਆ ਗਿਆਨ ਦੀ ਸਿੱਖਿਆ ਮਿਲਦੀ ਏ ਕਿ ਗਿਆਨ ਕੀ ਏ ਸੱਚਾ ਗਿਆਨ ਕੀ ਏ ਗਿਆਨ ਪੈਦਾ ਕਿੱਥੋਂ ਹੁੰਦਾ ਆ ਗੁਰ ਬਿਣ ਗਿਆਨ ਨਾ ਹੋਏ ਗੁਰੂ ਤੋਂ ਗਿਆਨ ਮਿਲਣਾ ਆ ਕਿਹੜੇ ਗੁਰੂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦਿੰਦੇ ਆ ਮਿਲਦਾ ਕਿਵੇਂ ਆ ਕਿੰਨਾਂ ਦੇ ਜਰੀਏ ਮਿਲਦਾ ਸਤਿਗੁਰੂ ਜੀ ਕਹਿੰਦੇ ਸਾਧ ਸੰਗ ਕਹਿੰਦੇ ਪਿਆਰਿਓ ਜੇ ਤੁਸੀਂ ਵੀ ਗਿਆਨ ਲੈਣਾ ਚਾਹੁੰਦੇ ਹੋ ਗੁਰੂ ਨੂੰ ਮਿਲ ਕਰਕੇ ਸਾਧ ਸੰਗ ਪਾਵੈ ਸਾਧੂ ਦਾ ਸੰਗ ਭਾਵ ਕੇ ਸਤ ਸੰਗਤ ਦੇ ਵਿੱਚ ਜਾਇਆ ਕਰੋ ਪਾਵੈ ਜਨ ਕੋਏ ਕੋਈ ਬਿਰਲਾ ਆ ਜਿਹੜਾ ਸਾਧ ਸੰਗ ਕਰਕੇ ਇਹ ਗਿਆਨ ਲੈ ਲੈਂਦਾ ਨਾਮ ਮਿਲ ਜਾਂਦਾ ਆ ਉਹ ਜਪਣ ਲੱਗ ਜਾਂਦਾ ਆ ਤੇ ਜਿਹੜਾ ਨਾਮ ਜਪਦਾ ਆ ਉਹਦਾ ਕਲਿਆੜ ਹੁੰਦਾ ਆ ਤੇ ਗਿਆਨ ਮਿਲ ਜਾਂਦਾ ਹੈ ਕਰੇ ਕਿਰਪਾ ਅੰਤਰ ਉਰ ਧਾਰੈ ਸਤਗੁਰੂ ਜੀ ਕਹਿੰਦੇ ਭਾਈ ਜਿਹਦੇ ਉੱਤੇ ਵਾਹਿਗੁਰੂ ਪਰਮੇਸ਼ਰ ਆਪ ਕਿਰਪਾ ਕਰ ਦਵੇ ਨਾ ਅੰਤਰ ਉਰ ਧਾਰੈ ਹਿਰਦੇ ਦੇ ਅੰਦਰ ਜਿਹੜਾ ਵਾਹਿਗੁਰੂ ਪਰਮੇਸ਼ਰ ਨਾਮ ਨੂੰ ਧਾਰ ਦਵੇ ਪਸ ਪ੍ਰੇਤ ਮੁਗਧ ਪਾਥਰ ਕੋ ਤਾਰੈ ਕਹਿੰਦੇ ਜੀ ਜਿਹਦੇ ਤੇ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਦਾ ਆ ਨਾ ਜਿਹਦੇ ਤੇ ਸਤਿਗੁਰੂ ਜੀ ਕਹਿੰਦੇ ਪਸ ਪ੍ਰੇਤ ਮੁਗਧ ਪਾਥਰ ਕੋ ਤਾਰੈ ਇਹ ਜਿਹੜਾ ਮੂਰਖ ਬੰਦਾ ਆ ਪਸ਼ੂ ਦੀ ਬਿਰਤੀ ਵਾਲਾ ਪ੍ਰੇਤ ਦੀ ਬਿਰਤੀ ਵਾਲਾ ਪੱਥਰ ਰੂਪ ਬੰਦਾ ਆ ਜਿਹੜਾ ਅਨਸਾਨ ਨੇ ਸਤਿਗੁਰੂ ਜੀ ਕਹਿੰਦੇ ਜੇ ਗੁਰੂ ਕਿਰਪਾ ਕਰ ਦਏ ਜੇ ਵਾਹਿਗੁਰੂ ਮੇਰ ਕਰ ਦਏ ਇਹ ਪਸ਼ੂ ਬਿਰਤੀ ਵਾਲਾ ਪ੍ਰੇਤ ਬਿਰਤੀ ਵਾਲਾ ਪੱਥਰ ਦਿਲ ਅਨਸਾਨ ਨੂੰ ਵੀ ਗੁਰੂ ਜੀ ਤਾਰ ਦਿੰਦੇ ਹਨ ਸਰਬ ਰੋਗ ਕਾ ਔਖਦ ਨਾਮ ਆ ਸੁਣੋ ਹੁਣ ਗੁਰੂ ਜੀ ਕੀ ਕਹਿੰਦੇ ਕਹਿੰਦੇ ਭਾਈ ਸਾਰਿਆਂ ਹੀ ਰੋਗਾਂ ਦਾ ਦਵਾ ਇਹਨਾਂ ਜਿਹੜੀ ਸਾਰਿਆਂ ਹੀ ਰੋਗਾਂ ਦੀ ਦਵਾ ਔਖਦ ਕਹਿੰਦੇ ਨੇ दारू ਨੂੰ ਦਵਾ ਨੂੰ ਸਤਿਗੁਰੂ ਜੀ ਕਹਿੰਦੇ ਸਾਰਿਆਂ ਹੀ ਰੋਗਾਂ ਦੀ ਦਵਾ ਨਾਮ ਆ ਸਾਰਿਆਂ ਹੀ ਰੋਗਾਂ ਦੇ ਕੀ ਕਹਿੰਦੇ ਆ ਸੱਚੇ ਪਾਤਸ਼ਾਹ ਆ ਹੁਣ ਰੋਗ ਚੱਲਦਾ ਪਿਆ ਨਾ ਸੰਸਾਰ ਦੇ ਅੰਦਰ ਕਹਿ ਤਾਇਆ ਕਿ ਇਹਦਾ ਇਲਾਜ ਹੈ ਨਹੀਂ ਕਹਿ ਤਾਇਆ ਪਰ ਸਤਿਗੁਰੂ ਜੀ ਕਹਿੰਦੇ ਸਿੱਖ ਨੂੰ ਕਹਿੰਦੇ ਆ ਸਿੱਖਾ ਸੁਖਮਨੀ ਸਾਹਿਬ ਪੜੀ ਜਾਇਆ ਕਰ ਸੁਖਮਨੀ ਸਾਹਿਬ ਸੁਣੀ ਜਾਇਆ ਕਰ ਆ ਸੁਖਮਣੀ ਸਾਹਿਬ ਪੜਨ ਦੇ ਨਾਲ ਆਪਣੀ ਭਾਵਨਾ ਨਾਲ ਜੇ ਆਪਾਂ ਗੱਲ ਕਰੀਏ ਸਮਝਿਓ ਜੇ ਸੁਖਮਣੀ ਸਾਹਿਬ ਸੁਣਨ ਦੇ ਨਾਲ ਵਜੀਰ ਖਾਨ ਦਾ ਜਲੋਦਰ ਦਾ ਰੋਗ ਠੀਕ ਹੋ ਸਕਦਾ ਗੁਰੂ ਦੇਆ ਸਿਖਾ ਸੁਖਮਨੀ ਸਾਹਿਬ ਦੇ ਵਿੱਚ ਇੰਨੀ ਤਾਕਤ ਆ ਸੁਖਮਨੀ ਸਾਹਿਬ ਪੜੀ ਜਾਇਆ ਕਰ ਸੁਖਮਨੀ ਸਾਹਿਬ ਸੁਣੀ ਜਾਇਆ ਕਰ ਨਵੇਂ ਤੋਂ ਨਵਾਂ ਰੋਗ ਵੀ ਪੈਦਾ ਹੋ ਜੇ ਗੁਰੂ ਅਰਜਨ ਦੇਵ ਜੀ ਕਹਿੰਦੇ ਉਹਦਾ ਵੀ ਇਲਾਜ ਸੁਖਮਨੀ ਸਾਹਿਬ ਦੇ ਵਿੱਚ ਹੈਗਾ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਰਬ ਰੋਗ ਦਾ ਔਖਦ ਨਾਮ ਕੀ ਹੈ ਜੀ ਸਾਰਿਆਂ ਰੋਗਾਂ ਦਾ ਨਾਮ ਹੀ ਦਵਾਈ ਏ ਉਪਾ ਮੇ ਤੇਰੇ ਮਨ ਦੇ ਰੋਗ ਨੇ ਆਦੀ ਵਿਆਦੀ ਉਪਾਦੀ ਵਾਲੇ ਰੋਗ ਹੈ ਆ ਭਾਵੇਂ ਬ ਕਿਸੇ ਵੀ ਤਰ੍ਹਾਂ ਦਾ ਰੋਗ ਹੈ ਭਾਵੇਂ ਬਾਹਰੀ ਤੰਨ ਤੇ ਰੋਗ ਲੱਗੇ ਆ ਸਤਿਗੁਰੂ ਜੀ ਕਹਿੰਦੇ ਦਵਾ ਹੀ ਕੇਵਲ ਨਾਮ ਹੈ ਕਲਿਆਣ ਰੂਪ ਮੰਗਲ ਗੁਣ ਗਾਮ ਸਤਿਗੁਰੂ ਜੀ ਕਹਿੰਦੇ ਕਲਿਆਣ ਰੂਪ ਮੰਗਲਾਂ ਦੇ ਕਰਨ ਵਾਲਾ ਉਹ ਵਹਿਗੁਰੂ ਪਰਮੇਸ਼ਰ ਹੈ ਜਿਹੜਾ ਉਹਦੇ ਗੁਣਾ ਨੂੰ ਗਾਇਨ ਕਰੋ ਗਾਮ ਉਹਦੇ ਗੁਣਾ ਨੂੰ ਗਾਈਏ ਜਿਹਦੇ ਗੁਣਾ ਨੂੰ ਗਾਣ ਦੇ ਨਾਲ ਸਤਗੁਰੂ ਜੀ ਕਹਿੰਦੇ ਜਿਹਦੇ ਗੁਨਾ ਨੂੰ ਗਾਉਣ ਦੇ ਨਾਲ ਦੁੱਖ ਭਜ ਜਾਂਦੇ ਆ जिਦੇ ਗੁਣਾਂ ਨੂੰ ਗਾਉਣ ਦੇ ਨਾਲ ਵਿਕਾਰ ਭਜ ਜਾਂਦੇ ਆ ਜਿਦੇ ਗੁਣਾਂ ਨੂੰ ਗਾਉਣ ਦੇ ਨਾਲ ਮਨ ਸੁਖੀ ਹੋ ਜਾਂਦਾ ਆ ਉਹਦੇ ਗੁਣਾਂ ਨੂੰ ਗਾਉਣਾ ਕਰੋ ਜਿਹੜਾ ਕਲਿਆਣ ਸਰੂਪ ਹੈ ਕਾਹੂ ਜੁਗਤ ਕਿ ਤੈ ਨਾ ਪਾਈਐ ਧਰਮ ਸਤਗੁਰੂ ਜੀ ਕਹਿੰਦੇ ਕਿਸੇ ਵੀ ᔪਗਤੀ ਦੇ ਨਾਲ ਕਾਹੂ ਜੁਗਤ ਕਿ ਤੈ ਨਾ ਪਾਈਐ ਧਰਮ ਕਿਸੇ ਵੀ ᔪਗਤੀ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਇਨਸਾਨ ਨਹੀਂ ਪਾ ਸਕਦਾ ਜੇ ਬੰਦਾ ਯਤਨ ਕਰੇ ਨਾ ਮੈਂ ਕੋਈ ਯਤਨ ਕਰ ਲਾਂ ਮੈਂ ਕੋਈ ਉਦਮ ਕਰ ਲਾਂ ਕਿ ਮੈਨੂੰ ਨਾਮ ਮਿਲ ਜਾਏ ਗੁਰੂ ਜੀ ਕਹਿੰਦੇ ਕਿਸੇ ਵੀ ਯਤਨ ਦੇ ਨਾਲ ਉਹ ਸੱਚਾ ਧਰਮ ਇਹ ਜਿਹੜਾ ਨਾਮ ਆ ਨਹੀਂ ਮਿਲ ਸਕਦਾ ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ ਸਤਗੁਰੂ ਜੀ ਕਹਿੰਦੇ ਯਤਨ ਦੇ ਨਾਲ ਨਹੀਂ ਮਿਲਣਾ ਗੁਰੂ ਅਰਜਨ ਦੇਵ ਜੀ ਕਹਿੰਦੇ ਪਿਆਰਿਆ ਜੇ ਲੈਣਾ ਆ ਨਾ ਯਤਨ ਦੇ ਨਾਲ ਆਪਣੇ ਯਤਨ ਦੇ ਨਾਲ ਨਹੀਂ ਮਿਲਣਾ ਸਤਗੁਰੂ ਜੀ ਕਹਿੰਦੇ ਨਾਨਕ ਤੇਸ ਮਿਲੇ ਨਾਨਕ ਤੇਸ ਮਿਲੇ ਗੁਰੂ ਜੀ ਕਹਿੰਦੇ ਭਾਈ ਉਹਨੂੰ ਮਿਲਦਾ ਆ ਜਿਸ ਲਿਖਿਆ ਧੁਰ ਕਰਮ ਜਿਹੜਾ ਧੁਰੇ ਹੀ ਲਿਖਾ ਕੇ ਲਿਆਇਆ ਜਿਨ ਮਸਤਕ ਧੁਰ ਹਰ ਲਿਖਿਆ ਤਿੰਨ ਸਤਗੁਰ ਮਿਲਿਆ RAM ਰਾਜੇ ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਮੱਥੇ ਦੇ ਉਤੋਂ ਮਸਤਕ ਲਿਖਾ ਕੇ ਲੈ ਕੇ ਆਏ ਆ ਉਹਨਾਂ ਨੂੰ ਸਤਗੁਰੂ ਜੀ ਮਿਲ ਜਾਂਦੇ ਆ ਉਹਨਾਂ ਨੂੰ ਨਾਮ ਆ ਜਿਹੜਾ ਪ੍ਰਾਪਤ ਹੋ ਜਾਂਦਾ ਹੈ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਗੁਰੂ ਜੀ ਕਹਿੰਦੇ ਜਿੱਦੇ ਮਨ ਦੇ ਅੰਦਰ ਪਾਰ ਬ੍ਰਹਮ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਆ ਵਾਸਾ ਹੈ ਤਿਸ ਕਾ ਨਾਮ ਸਤਿਰਾਮਦਾਸ ਸਤਗੁਰੂ ਜੀ ਕਹਿੰਦੇ ਸੱਚੀ ਗੱਲ ਇਹ ਹੈ ਸੱਚ ਕਰਕੇ ਜਾਣਿਓ ਜਿੱਦੇ ਮਨ ਦੇ ਅੰਦਰ ਪਾਰ ਬ੍ਰਹਮ ਦਾ ਨਿਵਾਸ ਹੈ ਨਾ ਉਹਦਾ ਨਾਮ RAMਦਾਸ ਰਾਮਦਾਸੀ ਆ ਕੌਣ ਨੇ ਗੁਰੂ ਜੀ ਕਹਿੰਦੇ ਜਿਹਦੇ ਮਨ ਦੇ ਅੰਦਰ ਉਹ ਸੱਚੇ ਵਾਹਿਗੁਰੂ ਪਾਰ ਬ੍ਰਹਮ ਦਾ ਨਿਵਾਸ ਆ ਉਹਦਾ ਨਾਮ ਆ ਜਿਹੜਾ RAMਦਾਸ ਹੈ ਆਤਮ RAM ਤਿਸ ਨਦਰੀ ਆਇਆ ਗੁਰੂ ਜੀ ਕਹਿੰਦੇ ਉਹ ਨਾ ਅੰਤਰ ਧਿਆਨ ਹੋ ਜਾਂਦਾ ਆ ਭਾਵ ਕੇ ਗਿਆਨ ਹੋ ਗਿਆ ਨਾਮ ਜਪਿਆ ਗਿਆਨ ਹੋ ਗਿਆ ਆਤਮ RAM ਇਸ ਨਦਰੀ ਆਇਆ ਆਤਮ ਕਰਕੇ ਜਦੋਂ ਧਿਆਨ ਜੁੜ ਗਿਆ ਵੇਖਿਆ ਕਿ ਰਾਮ ਏ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਨਜ਼ਰ ਆਇਆ। ਰਾਮਦਾਸ ਨੂੰ ਸਾਰਿਆਂ ਦੇ ਵਿੱਚ ਰਾਮ ਨਜ਼ਰ ਆਇਆ। ਰਾਮ ਤੋਂ ਭਾਵ ਜਿਹੜਾ ਵਾਹਿਗੁਰੂ ਪਰਮੇਸ਼ਰ ਏ ਸਾਰਿਆਂ ਦੇ ਵਿੱਚ ਰਮਿਆ ਹੀ ਨਜ਼ਰ ਆਇਆ ਕੋਈ ਵੀ ਘਟ ਐਸਾ ਨਹੀਂ ਸੀ ਜਿਹਦੇ ਵਿੱਚ ਉਹ ਨਹੀਂ ਸੀ ਬੈਠਾ। ਸਭ ਦੇ ਵਿੱਚ ਹੀ ਨਜ਼ਰ ਆਇਆ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਭ ਦੇ ਵਿੱਚ ਹੀ ਨਜ਼ਰ ਆਇਆ ਕਿ ਸਾਰਿਆਂ ਦੇ ਵਿੱਚ ਹੀ ਵੱਸਦਾ ਆ ਇਥੇ ਗੁਰੂ ਅਰਜਨ ਦੇਵ ਜੀ ਰਾਮਦਾਸ ਭਾਵ ਕੇ ਰਾਮਦਾਸੀਆ ਕੌਣ ਨੇ ਰਾਮਦਾ ਦਾਸ ਕੌਣ ਨੇ ਉਹਦਾ ਗੁਣਾ ਨੂੰ ਦੱਸਦੇ ਹਨ ਦਾਸ ਦਸੰਤਣ ਪਾਇ ਤਿਨ ਪਾਇਆ ਸਤਿਗੁਰੂ ਜੀ ਕਹਿੰਦੇ ਦਾਸਾਂ ਦੇ ਵੀ ਦਾਸ ਨੇ ਨਾ ਜਿਹੜੇ ਉਹਨਾਂ ਤੇ ਗੁਰੂ ਵਾਹਿਗੁਰੂ ਨੇ ਕਿਰਪਾ ਕੀਤੀ ਭਾ ਲਿਆ ਹੈ ਸਰਦਾਰ ਨਿਕਟ ਨਿਕਟ ਹਰ ਜਾਨ ਜਿਹੜਾ ਰਾਮਦਾਸੀ ਆਇਆ ਨਾ ਰਾਮ ਦਾ ਦਾਸ ਇੱਥੇ ਹੁਣ ਰਵਦਾਸੀਆ ਨਾ ਸਮਝਿਓ ਰਵਦਾਸੀ ਆਪਾਂ ਉਹਨਾਂ ਨੂੰ ਕਹਿੰਦੇ ਆ ਜਿਹੜੇ ਭਗਤ ਰਵਦਾਸ ਜੀ ਦੇ ਕੁੱਲ ਦੇ ਵਿੱਚੋਂ ਆ ਰਵਦਾਸੀਏ ਭਾਵ ਕਿ ਇਹ ਰਵਦਾਸ ਜੀ ਦੇ ਉਪਾਸ਼ਕ ਨੇ ਜਾਂ ਉਹਨਾਂ ਦੀ ਪਰਿਵਾਰ ਚ ਉਹਨਾਂ ਦੀ ਕੁੱਲ ਚ ਉਹਨਾਂ ਨੂੰ ਰਵਦਾਸੀ ਇਹ ਕਹਿੰਦੇ ਆ ਭਗਤ ਰਵਿਦਾਸ ਜੀ ਆਪ ਵੀ ਇਹ ਬਚਨ ਕਹਿੰਦੇ ਆ ਕਹਿ ਰਵਿਦਾਸ ਚਮਾਰਾ ਜਿਹੜੇ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਰਵਿਦਾਸੀਏ ਭਗਤ ਰਵਿਦਾਸ ਜੀ ਕਰਕੇ ਸਤਕਾਰ ਦਿੰਦੇ ਆ ਪਰ ਇੱਥੇ RAMਦਾਸੀਏ ਗੁਰੂ ਜੀ ਕਹਿੰਦੇ RAMਦਾਸੀਆ ਕੌਣ ਆ RAMਦਾ ਦਾਸ ਸਦਾ ਨਿਕਟ ਨਿਕਟ ਹਰ ਜਾਨ ਗੁਰੂ ਜੀ ਕਹਿੰਦੇ ਜਿਹੜਾ RAMਦਾ ਦਾਸ ਏ ਨਾ ਉਹ ਆਪਣੇ ਦੇ ਆਪਣੇ ਨੇੜੇ ਸਦਾ ਹੀ ਉਹ ਵਾਹਿਗੁਰੂ ਪਰਮੇਸ਼ਰ ਨੂੰ ਨਿਕਟ ਮਨ ਕਰਕੇ ਵੀ ਤਨ ਕਰਕੇ ਵੀ ਹਰੀ ਨੂੰ ਆਪਣੇ ਨੇੜੇ ਜਾਣ ਦਾ ਹੈ ਸੋ ਦਾਸ ਦਰਗਹ ਪਰਵਾਨ ਸਤਗੁਰੂ ਜੀ ਕਹਿੰਦੇ ਪਿਆਰੇ ਉਹ ਫਿਰ ਜਿਹੜਾ ਰਾਮ ਦਾ ਦਾਸ ਹੈ ਨਾ ਉਹ ਦਰਗਹ ਹੈ ਪਰਵਾਨ ਦਰਗਾਹ ਦੇ ਵਿੱਚ ਪ੍ਰਮਾਨ ਹੁੰਦਾ ਆ ਪ੍ਰਮਾਨਤ ਹੁੰਦਾ ਆ ਉਹ ਸਤ ਸੰਗਤ ਰੂਪੀ ਦਰਗਾਹ ਦੇ ਵਿੱਚ ਪ੍ਰਵਾਨ ਹੁੰਦਾ ਹੈ ਆਪਣੇ ਦਾਸ ਕੋ ਆਪ ਕਿਰਪਾ ਕਰੇ ਗੁਰੂ ਜੀ ਕਹਿੰਦੇ ਭਾਈ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ ਦਾਸ ਭਾਵ ਕੇ ਜਿਹੜਾ ਉਹਦਾ ਗੁਰੂ ਵਾਹਿਗੁਰੂ ਪਰਮੇਸ਼ਰ ਆਪਣੇ ਦਾਸ ਤੇ ਆਪ ਹੀ ਕਿਰਪਾ ਕਰਦਾ ਹੈ ਇਸ ਦਾਸ ਕੋ ਸਭ ਸੋਜੀ ਪਰੇ ਉਸ ਵਾਹਿਗੁਰੂ ਪਰਮੇਸ਼ਰ ਨੇ ਉਸ RAM ਨੇ RAM ਦਾਸੀਏ ਨੂੰ ਸਾਰਾ ਹੀ ਗਿਆਨ ਕਰਾਤਾ ਵਾਹਿਗੁਰੂ ਨੇ ਆਪਣੇ ਦਾਸ ਨੂੰ ਆਪਣੇ ਸੇਵਕ ਨੂੰ ਸਾਰੀਓ ਸੋਝੀ ਕਰਾ ਦਿੱਤੀ ਤੇ ਇਸ ਦਾਸ ਕਹੋ ਸਭ ਸੋਝੀ ਪਰ ਸਾਰੀ ਸੋਝੀ ਪਵਾਤੀ ਭਾਵ ਕੇ ਗਿਆਨ ਦੇ ਦਿੱਤਾ ਸਗਲ ਸੰਗ ਆਤਮ ਊ ਦਾਸ ਸਤਗੁਰੂ ਜੀ ਕਹਿੰਦੇ ਉਹ ਜਿਹੜਾ ਦਾਸ ਏ ਨਾ ਰਾਮ ਦਾ ਵਾਹਿਗੁਰੂ ਦਾ ਉਹ ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਵੀ ਗ੍ਰਿਸ਼ਤ ਦੇ ਵਿੱਚ ਰਹਿੰਦਾ ਹੋਇਆ ਵੀ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਵੀ ਮਨ ਕਰਕੇ ਸਭਨਾ ਤੋਂ ਉਦਾਸ ਰਹਿੰਦਾ ਆ ਭਾਵਕੇ ਉਪਰਾਮ ਰਹਿੰਦਾ ਆ ਮਨ ਨਹੀਂ ਜੁੜਦਾ ਸੰਸਾਰ ਦੇ ਨਾਲ ਰਹਿੰਦਾ RAM DAS ਸੰਸਾਰ ਦੇ ਵਿੱਚ ਆ ਪਰ ਮਨ ਨਹੀਂ ਜੁੜਦਾ ਉਪਰਾਮ ਰਹਿੰਦਾ ਹੈ ਐਸੀ ਜੁਗਤ ਨਾਨਕ RAM DAS ਐਸੀ ਜੁਗਤ ਨਾਨਕ RAM DAS ਸਤਿਗੁਰੂ ਜੀ ਕਹਿੰਦੇ ਭਾਈ ਧੰਨ ਗੁਰੂ ਅਰਜਨ ਦੇਵ ਸਤਗੁਰੂ ਜੀ ਕਹਿੰਦੇ ਭਾਈ ਇਹੋ ਜੀਆਂ ਜੁਗਤੀਆਂ ਵਾਹਿਗੁਰੂ ਨੇ ਆਪਣੇ ਦਾਸ ਨੂੰ ਦਿੱਤੀਆਂ ਜਿਹੜੀਆਂ ਜੁਗਤੀਆਂ RAM ਦੇ ਦਾਸ ਕੋਲ ਹਨ ਪ੍ਰਭ ਕੀ ਆਗਿਆ ਆਤਮ ਹਿਤਾਵੈ ਪ੍ਰਭੂ ਦੀ ਆਗਿਆ ਆਤਮ ਹਿਤਾਵੈ ਆਪਣੇ ਮਨ ਕਰਕੇ ਭਾਵ ਕੇ ਤਨ ਮਨ ਕਰਕੇ ਪ੍ਰਭੂ ਦੀ ਆਗਿਆ ਦੇ ਵਿੱਚ ਰਹਿੰਦਾ ਆ ਪ੍ਰਭ ਕੀ ਆਗਿਆ ਆਤਮ ਹੇਤਾਵੇ ਬਹੁਤ ਹੀ ਪ੍ਰੇਮ ਦੇ ਨਾਲ ਹਿੱਤ ਦੇ ਨਾਲ ਆਪਣੇ ਮਨ ਦੇ ਅੰਦਰ ਆਗਿਆ ਦੇ ਨਾਲ ਵਾਹਿਗੁਰੂ ਦੀ ਆਗਿਆ 'ਚ ਚੱਲਦਾ ਹੈ ਜੀਵਨ ਮੁਕਤ ਸਉ ਕਹਾਵੇ ਸਤਗੁਰੂ ਜੀ ਕਹਿੰਦੇ ਜਿਹੜਾ ਜੀਵ ਵਾਹਿਗੁਰੂ ਪਰਮੇਸ਼ਰ ਦੀ ਆਗਿਆ 'ਚ ਚੱਲਦਾ ਆ ਨਾ ਹੁਣ ਜੀਵਨ ਮੁਕਤ ਮੁਕਤੀਆਂ ਬਾਰੇ ਦੱਸਦੇ ਆ ਕਿ ਜੀਵਨ ਮੁਕਤਾ ਕੌਣ ਹੈ ਜਿਉਂਦਾ ਹੀ ਮੁਕਤਾ ਕੌਣ ਹੈ ਕਹਿੰਦੇ ਜੀ ਜਿਹੜਾ ਪ੍ਰਭੂ ਦੀ ਆਗਿਆ 'ਚ ਰਹਿੰਦਾ ਆ ਜੋ ਕੁਛ ਕਰਨਾ ਸੋ ਕਰ ਰਹੇ ਆ ਜੋ ਕੁਛ ਕਰਦਾ ਆ ਸੋ ਭਲਾ ਹੀ ਕਰਦਾ ਆ ਇਹ ਆਗਿਆ ਚ ਹੀ ਰਹਿੰਦਾ ਬਸ ਗੁਰੂ ਜੀ ਕਹਿੰਦੇ ਜੀਵਨ ਮੁਕਤ ਜਿਹੜਾ ਆਗਿਆ ਚ ਰਹਿੰਦਾ ਆ ਕਹਿੰਦੇ ਪਿਆਰਿਓ ਉਹ ਜੀਵਨ ਮੁਕਤ ਜਿਉਂਦਾ ਹੀ ਮੁਕਤ ਹੈ ਤੈਸਾ ਹਰਿ ਕ ਤੈਸਾ ਉਸ ਸੋਗ ਕਹਿੰਦੇ ਜਿਹੜਾ ਐਸਾ ਪਿਆਰਾ ਆ ਨਾ ਜਿਹੜਾ ਪ੍ਰਭੂ ਦੀ ਆਗਿਆ ਚ ਚੱਲਦਾ ਆ ਉਹਦੇ ਮਨ ਦੇ ਅੰਦਰ ਤੈਸਾ ਹਰਖ ਉਦੇ ਮਨ ਦੇ ਅੰਦਰ ਜਿਹੋ ਜਿਹਾ ਹਰਖ ਹੈ ਉਹੋ ਜਿਹੀ ਸੋਗ ਆ। ਜਿਹੋ ਜੀ ਖੁਸ਼ੀ ਉਹੋ ਜੀ ਗਮੀ ਹੈ ਕੋਈ ਇਹ ਨਹੀਂ ਕਿ ਗਮੀ ਆ ਗਈ ਬਰਲਾਪ ਕਰ ਲਿਆ ਦੁੱਖ ਕੀਤਾ ਲਾਂਬੇ ਲਾਂਬੇ ਦਿੱਤੇ ਵਾਹਿਗੁਰੂ ਨੂੰ ਨਹੀਂ ਸੋਖਾ ਗਿਆ ਤੇ ਸ਼ੁਕਰਾਨੇ ਕੀਤੇ ਵਾਹਿਗੁਰੂ ਦੇ ਨਹੀਂ ਗੁਰੂ ਜੀ ਕਹਿੰਦੇ ਇੱਕ ਸਾਰ ਬਿਰਤੀ ਹੈ ਜਿਹੜੀ ਉਸ ਜੀਵਨ ਮੁਕਤੇ ਦੀ ਰਹਿੰਦੀ ਹੈ ਸਦਾ ਆਨੰਦ ਤਹ ਨਹੀਂ ਬਿਯੋਗ ਕਿਉਂਕਿ ਉਹ ਸਦਾ ਹੀ ਆਨੰਦ ਦੇ ਵਿੱਚ ਰਹਿੰਦਾ ਆ ਜਿਹੜਾ ਆਨੰਦ ਗੁਰੂ ਅਮਰਦਾਸ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕੇਲ ਬੇਖ ਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਅੰਦਰੋ ਮੋਹ ਟੁੱਟ ਗਿਆ ਆਨੰਦ ਕਿਨੂ ਮਿਲ ਗਿਆ ਗੁਰੂ ਜੀ ਕਹਿੰਦੇ ਜਿਨ੍ਹਾਂ ਦਾ ਅੰਦਰੋ ਮੋਹ ਟੁੱਟ ਗਿਆ ਸੰਸਾਰ ਵੱਲੋਂ ਅੰਦਰੋ ਉਹ ਜਿਨ ਕਾ ਮੋਹ ਟੁੱਟਾ ਜਿਹਦਾ ਅੰਦਰੋ ਮੋਹ ਟੁੱਟ ਗਿਆ ਨੂੰ ਆਨੰਦ ਮਿਲ ਗਿਆ ਜਿਹਦਾ ਅੰਦਰੋ ਮੋਹ ਟੁੱਟ ਗਿਆ ਮਾਇਆ ਵੱਲੋਂ ਸੰਸਾਰੀ ਮਾਇਆ ਵੱਲੋਂ ਗੁਰੂ ਜੀ ਕਹਿੰਦੇ ਭਾਵੇਂ ਉੱਥੇ ਗਮੀ ਆ ਜੇ ਭਾਵੇਂ ਉੱਥੇ ਖੁਸ਼ੀ ਆ ਜੇ ਉਹਦਾ ਮਨ ਨੇ ਜਿਹੜਾ ਇੱਕ ਸਾਰ ਰਹਿੰਦਾ ਹੈ ਤੈਸਾ ਸਵਰਣ ਤੈਸੀ ਉਸ ਮਾਟੀ ਗੁਰੂ ਜੀ ਕਹਿੰਦੇ ਉਸ ਪਿਆਰੇ ਵਾਸਤੇ ਜਿਹੋ ਜਿਹਾ ਸੋਨਾ ਆ ਉਹੋ ਜਿਹੀ ਮਿੱਟੀ ਏ ਇਹ ਨਹੀਂ ਕਿ ਸੋਨਾ ਸਾਹਮਣੇ ਪਿਆ ਬੜਾ ਕੀਮਤ ਵਾਲਾ ਆ ਗੁਰੂ ਜੀ ਕਹਿੰਦੇ ਉਹਦੇ ਨਿਗਾਹ ਦੇ ਵਿੱਚ ਮਿੱਟੀ ਵੀ ਸੋਨੇ ਵਰਗੀ ਏ ਤੇ ਸੋਨਾ ਵੀ ਮਿੱਟੀ ਵਰਗਾ ਸੰਭਿਰਤੀ ਹੈ ਤੈਸਾ ਅੰਮ੍ਰਿਤ ਤੈਸੀ ਬਖਖਾਟੀ ਕਹਿੰਦੇ ਜਿਹੋ ਜਿਹਾ ਅੰਮ੍ਰਿਤ ਆ ਉਹ ਉਹੋ ਜਿਹਾ ਜੀਵਨ ਮੁਕਤੇ ਵਾਸਤੇ ਜ਼ਹਿਰ ਏ ਵੇਖ ਖਾਟੀ ਇਹੋ ਜਿਹੀ ਜ਼ਹਿਰ ਆ ਭਾਵੇਂ ਅਮਰਤ ਆ ਭਾਵੇਂ ਜ਼ਹਿਰ ਏ ਜੀਵਨ ਮੁਕਤਾ ਜ਼ਹਿਰ ਨੂੰ ਵੀ ਅਮਰਤ ਮੰਨਦਾ ਏ ਤੇ ਅਮਰਤ ਜ਼ਹਿਰ ਭਾਵ ਕੇ ਇੱਕ ਸਾਰ ਵੇਖਦਾ ਆ शकਦਾ ਹੈ ਤੈਸਾ ਮਾਨ ਤੈਸਾ ਅਪਮਾਨ ਜਿਹੋ ਜਿਹਾ ਮਾਣ ਵਡਿਆਈ ਏ ਉਹੋ ਜਿਹੀ ਅਪਮਾਨ ਭਾਵ ਕੇ ਨਰਾਦਰੀ ਏ ਜਿਹੜੀ ਆਦਰ ਅਪਮਾਨ ਜਿਹੜਾ ਨਰਾਦਰ ਤੇ ਆਦਰ ਜਿਹੋ ਜਿਹਾ ਆਦਰ ਉਹੋ ਜਿਹਾ ਹੀ ਨਰਾਦਰ ਸਮਝਦਾ ਏ ਜੀਵਨ ਮੁਕਤਾ ਏ ਨਹੀਂ ਕਿ ਮੇਰਾ ਆਦਰ ਹੋ ਰਿਹਾ ਬੜਾ ਖੁਸ਼ ਏ ਤੇ ਨਰਾਦਰ ਹੋ ਰਿਹਾ ਬੜਾ ਦੁਖੀ ਏ ਨਾ ਜੇ ਕੋਈ ਨਰਾਦਰ ਕਰਦਾ ਆ ਤਾਂ ਵੀ ਖੁਸ਼ ਏ ਜੇ ਕੋਈ ਆਦਰ ਕਰਦਾ ਆ ਤਾਂ ਵੀ ਖੁਸ਼ ਏ ਕਹਿੰਦੇ ਜੀ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕਹੋ ਖਰੀ ਪਿਆਰੀ ਭਗਤ ਜੀ ਕਹਿੰਦੇ ਨਿੰਦੋ ਜਿੰਨਾ ਨਿੰਦਿਆ ਜਾਂਦਾ ਤੁਹਾਡੇ ਕੋਲੋਂ ਦੁਨੀਆ ਨਿੰਦ ਦੀ ਸੀ ਕਹਿੰਦੇ ਨਿੰਦੋ ਜਿੰਨਾ ਨਿੰਦਿਆ ਜਾਂਦਾ ਐ ਉਹ ਹਿਰਦਾ ਨਹੀਂ ਕਿ ਤੁਹਾਡੀ ਨਿੰਦਿਆ ਕਰਨ ਦੇ ਨਾਲ ਮੈਂ ਦੁਖੀ ਹੋ ਜਾਵਾਂਗਾ ਇਹ ਉਹ ਹਿਰਦਾ ਨਹੀਂ ਕਿ ਤੁਸੀਂ ਮੇਰੀ ਨਿੰਦਿਆ ਕਰਦੇ ਹੋ ਮੈਂ ਚਿੰਤਤ ਹੋ ਜਾਵਾਂਗਾ ਮੈਂ ਚਿੰਤਾ ਦੇ ਵਿੱਚ ਜਾਵਾਂਗਾ ਕਿ ਲੋਕ ਮੇਰੀ ਨਿੰਦਿਆ ਕਰਦੇ ਆ ਮੇਰੇ ਵੱਲੋਂ ਭਾਵੇਂ ਮੈਨੂੰ ਨਿੰਦੋ ਤੇ ਭਾਵੇਂ ਮੇਰਾ ਆਦਰ ਕਰੋ ਭਾਵੇਂ ਨਰਾਦਰ ਕਰੋ ਨਿੰਦੋ ਨਿੰਦੋ ਮੂ ਕੋ ਲੋਗ ਨਿੰਦੋ ਨਿੰਦੋ ਜਿੰਨਾ ਨਿੰਦਿਆ ਜਾਂਦਾ ਨਿੰਦਾ ਜਨਕ ਉਹ ਖਰੀ ਪਿਆਰੀ ਮੈਨੂੰ ਤਾਂ ਪਿਆਰੀ ਲੱਗਦੀ ਹੈ ਨਿੰਦਾ ਜਦੋਂ ਤੁਸੀਂ ਮੇਰੀ ਨਿੰਦਿਆ ਕਰਦੇ ਹੋ ਮੈਨੂੰ ਬੜੀ ਚੰਗੀ ਲੱਗਦੀ ਪਗੈ ਜੀ ਕਹਿੰਦੇ ਇਸ ਕਰਕੇ ਆਦਰ ਤੇ ਨਰਾਦਰ ਭਗਤਾਂ ਦੇ ਵਿੱਚ ਜੀਵਨ ਮੁਕਤੀਆਂ ਦੀ ਬਿਰਤੀ ਦੇ ਵਿੱਚ ਮਨ ਦੇ ਅੰਦਰ ਇੱਕ ਸਾਰ ਹੈ ਤੈਸਾ ਰੰਗ ਤੈਸਾ ਰਾਜਾਨ ਗੁਰੂ ਜੀ ਕਹਿੰਦੇ ਜਿਹੜੇ ਜੀਵਨ ਮੁਕਤੇ ਆ ਨਾ ਉਹਨਾਂ ਦੀ ਨਿਗਾਹ ਦੇ ਅੰਦਰ ਜਿਹੋ ਜਿਹਾ ਰਾਜਾ ਆ ਉਹੋ ਜਿਹਾ ਹੀ ਰੰਗ ਕੇ ਆ ਭਾਵ ਕੇ ਜਿਹੋ ਜਿਹਾ ਰਾਜਾ ਆ ਜਿਹੋ ਜਿਹਾ ਤੈਸਾ ਰੰਗ ਤੈਸਾ ਰਾਜਾਨ ਸਤਿਗੁਰੂ ਜੀ ਕਹਿੰਦੇ ਜਿਹੋ ਜਿਹਾ ਕੰਗਾਲ ਆ ਤੇ ਉਹੋ ਜਿਹਾ ਹੀ ਰਾਜਾ ਆ ਜੀਵਨ ਮੁਕਤੇ ਦੀ ਨਿਗਾਹ ਦੇ ਅੰਦਰ ਇਹ ਨਹੀਂ ਕਿ ਰਾਜੇ ਦਾ ਸਤਕਾਰ ਕਰਨਾ ਆ ਤੇ ਗਰੀਬ ਦਾ ਨਹੀਂ ਕਰਨਾ ਕੰਗਾਲ ਦਾ ਨਹੀਂ ਕਰਨਾ ਗੁਰੂ ਜੀ ਕਹਿੰਦੇ ਉਹ ਜੀਵਨ ਮੁਕਤਾ ਆ ਰਾਜੇ ਨੂੰ ਵੀ ਉਸੇ ਨਿਗਾਹ ਨਾਲ ਵੇਖਦਾ ਆ ਤੇ ਕੰਗਾਲ ਗਰੀਬ ਨੂੰ ਵੀ ਉਸੇ ਨਿਗਲ ਨਾਲ ਵੇਖਦਾ ਹੈ ਜੋ ਵਰਤਾਏ ਸਾਈ ਜੁਗਤ ਸਤਗੁਰ ਜੀ ਕਹਿੰਦੇ ਭਾਈ ਜੋ ਵਰਤਾਏ ਪਰਮਾਤਮਾ ਜੋ ਵੀ ਵਰਤਾਉਂਦਾ ਆ ਵਾਹਿਗੁਰੂ ਪਰਮੇਸ਼ਰ ਸਾਈ ਜੁਗਤ ਸਤਗੁਰੂ ਜੀ ਕਹਿੰਦੇ ਭਾਈ ਇਹ ਜੀਵ ਉਹੀ ਕਰਦਾ ਹੈ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਗੁਰੂ ਜੀ ਕਹਿੰਦੇ ਭਾਈ ਉਹ ਪੁਰਖ ਫਿਰ ਜੀਵਨ ਮੁਕਤਾ ਜਿਉਂਦਾ ਹੀ ਮੁਕਤ ਤੇ ਜਿਹੜਾ ਉਹਦੇ ਬਾਣੇ ਨੂੰ ਮੰਨ ਕਰਕੇ ਚੱਲਦਾ ਹੈ ਪਾਰ ਬ੍ਰਹਮ ਕੇ ਸਗਲੇ ਠਾਓ ਸਤਗੁਰੂ ਜੀ ਕਹਿੰਦੇ ਇਹ ਸਾਰੀ ਖੇਡ ਪਾਰ ਬ੍ਰਹਮ ਦੀ ਹੀ ਰਚੀ ਹੋਈ ਏ ਸਾਰੇ ਥਾਂ ਪਾਰ ਬ੍ਰਹਮ ਦੇ ਹਨ ਸਭ ਥਾਂ ਵੱਸਦਾ ਹੈ ਜੇ ਤੱਕ ਘਰ ਰੱਖੇ ਤੈਸਾ ਤਨ ਨਾਓ ਜਿਹੜੇ ਜਿਹੜੇ ਘਰ ਜਿੱਥੇ ਜਿੱਥੇ ਜਿਹੜੀ ਜਿਹੜੀ ਅਵਸਥਾ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਰੱਖਦਾ ਹੈ ਨਾ ਉਹੋ ਜਿਆ ਨਾਮ ਪੈ ਜਾਂਦਾ ਆ ਜਿਵੇਂ ਗੁਰੂ ਜੀ ਕਹਿੰਦੇ ਪਿੱਛੇ ਦੱਸਿਆ ਆ ਅਪਰਸ ਆ ਜਿਹੜੇ ਉਹਨਾਂ ਦੇ ਗੁਣੇ ਆ ਜਿਹੜੇ ਉਹ ਨਾਮ ਬਣ ਗਿਆ ਵੈਸ਼ਨੂ ਦੇ ਗੁਣਾ ਕਰਕੇ ਵੈਸ਼ਨੂ ਦਾ ਨਾਮ ਬਣ ਗਿਆ ਭਗਉਤੀ ਦੇ ਗੁਣਾ ਕਰਕੇ ਭਗਉਤੀ ਦਾ ਨਾਮ ਬਣ ਗਿਆ ਪੰਡਤ ਦੇ ਗੁਣਾ ਕਰਕੇ ਪੰਡਤ ਦਾ ਨਾਮ ਬਣ ਗਿਆ ਗੁਰੂ ਜੀ ਕਹਿੰਦੇ ਜਿੱਥੇ ਜਿੱਥੇ ਵਾਹਿਗੁਰੂ ਪਰਮੇਸ਼ਰ ਰੱਖਦਾ ਆ ਜਿਹੜੇ ਗੁਣ ਬੰਦੇ ਦੇ ਅੰਦਰ ਪੌਂਦਾ ਆ ਇਨਸਾਨ ਦੇ ਅੰਦਰ ਉਹ ਜਾਂ ਨਾਮ ਪੈ ਜਾਂਦਾ ਹੈ ਆਪੇ ਕਰਨ ਕਰਾਵਨ ਜੋਗ ਗੁਰੂ ਜੀ ਕਹਿੰਦੇ ਭਾਈ ਉਹ ਵਾਹਿਗੁਰੂ ਪਰਮੇਸ਼ਰ ਹੈ ਨਾ ਜਿਹੜਾ ਆਪੇ ਹੀ ਜਿਹੜਾ ਕਰਨ ਦਾ ਵੀ ਕਾਰਨ ਦਾ ਵੀ ਕਾਰਨ ਆ ਕਰਨ ਦਾ ਵੀ ਕਾਰਨ ਨੇ ਸਭ ਕੁਝ ਕਰਨਹਾਰਾ ਹੈ ਜਿਹੜਾ ਪ੍ਰਭ ਭਾਵੈ ਸੋਈ ਫਨ ਹੋਗ ਗੁਰੂ ਜੀ ਕਹਿੰਦੇ ਭਾਈ ਜੋ ਪ੍ਰਭੂ ਨੂੰ ਭਾਵੈ ਭਾਵ ਕੇ ਜੋ ਚੰਗਾ ਲੱਗਦਾ ਹੈ ਨਾ ਉਹ ਹੀ ਹੁੰਦਾ ਹੈ ਏ ਨਾ ਸੋਚਿਆ ਕਰੋ ਕਿ ਸੰਸਾਰ ਦੇ ਵਿੱਚ ਕੁਝ ਖੇਡ ਵਰਤ ਰਹੀ ਏ ਇਹ ਬੜਾ ਮਾੜਾ ਹੋ ਰਿਹਾ ਆ ਅੱਜ ਵੀ ਆਪਾਂ ਕਹਿ ਰਹੇ ਆ ਕਰੋਨਾ ਦੀ ਖੇਡ ਚੱਲ ਰਹੀ ਏ ਬਿਮਾਰੀ ਦੀ ਬੜਾ ਮਾੜਾ ਹੋ ਰਿਹਾ ਬੜੀ ਦੁਨੀਆ ਦੁਖੀ ਏ ਬੜੀ ਮਰ ਰਹੀ ਏ ਪਰ ਇੱਥੇ ਗੁਰੂ ਜੀ ਕਹਿੰਦੇ ਭਾਈ ਜਿਹੜਾ ਪ੍ਰਭੂ ਏ ਨਾ ਪ੍ਰਭ ਭਾਵੈ ਸੋਈ ਫਨ ਹੋਗ ਕਹਿੰਦੇ ਜੋ ਪ੍ਰਭੂ ਨੂੰ ਚੰਗਾ ਲੱਗਦਾ ਉਹ ਹੀ ਹੁੰਦਾ ਸੰਸਾਰ ਤੇ ਇਨਸਾਨ ਬੜਾ ਚਤਰ ਬਣ ਜਾਂਦਾ ਹੈ ਇਨਸਾਨ ਬੜੀਆਂ ਵਿਦਿਆ ਸਿੱਖ ਕੇ ਬੜਾ ਗਿਆਨੀ ਧਿਆਨੀ ਬਣ ਜਾਂਦਾ ਹੈ ਆ ਗੁਰੂ ਜੀ ਕਹਿੰਦੇ ਨਹੀਂ ਤੇਰਾ ਜੋਰ ਨਹੀਂ ਚੱਲਣਾ ਜੋਨ ਨੂੰ ਚੰਗਾ ਲੱਗਦਾ ਉਹੀ ਹੋਣਾ ਜੇ ਉਹਨੂੰ ਦੁੱਖ ਚੰਗਾ ਲੱਗਦਾ ਉਹਨੇ ਦੁੱਖ ਦੇਣਾ ਆ ਜੇ ਉਹਨੂੰ ਸੁੱਖ ਚੰਗਾ ਲੱਗਦਾ ਉਹਨੇ ਸੁੱਖ ਦੇਣਾ ਉਹਦੀ ਨਿਗਾ ਚ ਜੋ ਚੰਗਾ ਉਹ ਹੋਣਾ ਹੈ ਪਸਰਿਓ ਆਪ ਹੋਏ ਅਨਤ ਤਰੰਗ ਗੁਰੂ ਜੀ ਕਹਿੰਦੇ ਭਾਈ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ ਉਹੀ ਪਸਰਿਆ ਹੋਇਆ ਆ ਸਾਰੇ ਸਾਰੇ ਪਾਸੇ ਅਨਤ ਤਰੰਗ ਬਿਆੰਤ ਤਰੰਗਾ ਨੇ ਬਿਆੰਤ ਉਹਦੇ ਰੰਗ ਨੇ ਜਿਵੇਂ ਸਮੁੰਦਰ ਦੇ ਵਿੱਚ ਬਿਆੰਤ ਤਰੰਗਾ ਤਰੰਗਾ ਉੱਠਦੀਆਂ ਆ ਨਾ ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਉਹ ਵਾਹਿਗੁਰੂ ਦੀਆਂ ਇਹ ਤਰੰਗਾ ਆ ਬੇਅੰਤ ਰੰਗਾ ਹਨ ਜਿਹੜੇ ਵਾਹਿਗੁਰੂ ਦੇ ਰੰਗ ਨੇ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਕੋਈ ਵੀ ਲਖ ਨਹੀਂ ਸਕਦਾ ਕੋਈ ਵੀ ਜਾਣ ਨਹੀਂ ਸਕਦਾ ਵਾਹਿਗੁਰੂ ਪਰਮੇਸ਼ਰ ਦੇ ਰੰਗਾਂ ਨੂੰ ਜੈਸੀ ਮਤ ਦੇ ਤੈਸਾ ਪ੍ਰਗਾਸ ਗੁਰੂ ਜੀ ਕਹਿੰਦੇ ਭਾਈ ਜੈਸੀ ਸਿੱਖਿਆ ਵਾਹਿਗੁਰੂ ਪਰਮੇਸ਼ਰ ਦਿੰਦਾ ਆ ਨਾ ਕਿਰਪਾ ਕਰਦਾ ਆ ਤੈਸਾ ਪ੍ਰਗਾਸ ਤੈਸਾ ਜੀਵ ਦੇ ਮਨ ਦੇ ਅੰਦਰ ਗਿਆਨ ਦਾ ਪ੍ਰਗਾਸ ਹੁੰਦਾ ਆ ਹਰ ਪਰਮ ਬ੍ਰਹਮ ਕਰਤਾ ਅਬਨਾਸ ਸਤਿਗੁਰੂ ਕਹਿੰਦੇ ਪਿਆਰਿਓ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਆ ਨਾ ਕਰਤਾ ਜਿਹੜਾ ਕਰਨਹਾਰ ਆ ਸਭ ਕੁਝ ਕਰਦਾ ਆ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਆ ਜਿਹੜਾ ਕਰਤਾ ਕਰਨਹਾਰ ਇਹ ਜਿਹੜਾ ਕਰਤਾ ਪੁਰਖ ਕਰਨ ਵਾਲਾ ਆ ਜਿਹੜਾ ਸਤਿਗੁਰੂ ਜੀ ਕਹਿੰਦੇ ਉਹ ਅਬਨਾਸ ਏ ਨਾਸ ਤੋਂ ਰਹਿ ਤੇ ਆ ਵਾਹਿਗੁਰੂ ਪਰਮੇਸ਼ਰ ਜਿਹੜਾ ਕਰਨ ਵਾਲਾ ਹੈ ਸਦਾ 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 ਦਿਆਲ ਸਤਗੁਰੂ ਜੀ ਕਹਿੰਦੇ ਭਾਈ ਉਹ ਵਾਹਿਗੁਰੂ ਪਰਮੇਸ਼ਰ ਹੈ ਨਾ ਜਿਹੜਾ ਉਹ ਪ੍ਰਭੂ ਹੈ ਜਿਹੜਾ ਸਦਾ ਹੀ ਦਿਆਲ ਹੈ ਸਦਾ 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 ਦਿਆਲ ਗੁਰੂ ਜੀ ਕਹਿੰਦੇ ਭਾਈ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਪਹਿਲਾਂ ਵੀ ਦਿਆਲ ਸੀ ਹੁਣ ਵੀ ਦਿyal ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਿyal ਹੋਵੇਗਾ ਸਦਾ ਪਹਿਲਾਂ ਵੀ ਸੀ ਸਦਾ ਹੁਣ ਵੀ ਹੈ ਸਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ ਸਦਾ ਭੂਤਕਾਲ ਦੇ ਵਿੱਚ ਵੀ ਦਿyal ਸੀ ਸਦਾ ਵਰਤਮਾਨ ਸਮੇਂ ਦੇ ਵਿੱਚ ਹੁਣ ਵੀ ਦਿyal ਆ ਸਦਾ ਭਵਿੱਖ ਕਾਲ ਦੇ ਵਿੱਚ ਵੀ ਉਹ ਦਿyal ਹੋਵੇਗਾ ਇਸ ਕਰਕੇ ਗੁਰੂ ਜੀ ਕਹਿੰਦੇ ਉਹ ਦਿਆਲੂ ਏ ਉਹ ਸਦਾ ਹੀ ਦਿਆਲ ਹੈ ਸਿਮਰ ਸਿਮਰ ਨਾਨਕ ਭੈ ਨਿਹਾਲ ਗੁਰੂ ਜੀ ਕਹਿੰਦੇ ਭਾਈ ਉਹਨੂੰ ਸਿਮਰਿਆ ਕਰੋ ਜਿਹੜਾ ਉਹਨੂੰ ਸਿਮਰਦਾ ਆ ਨਾ ਉਹ ਨਿਹਾਲ ਹੋ ਜਾਂਦਾ ਉਹਦਾ ਸਿਮਰਨ ਕਰਕੇ ਤਾਂ ਗੁਰੂ ਜੀ ਕਹਿੰਦੇ ਆ ਭਾਈ ਉਹ ਵਾਹਿਗੁਰੂ ਨੂੰ ਸਿਮਰਨ ਨੇ ਕਰਕੇ ਉਹ ਸਦਾ ਨਿਹਾਲ ਹੋ ਜਾਂਦੇ ਨੇ ਗੁਰੂ ਜੀ ਉਹਨਾਂ ਤੇ ਕਿਰਪਾ ਕਰ ਦਿੰਦੇ ਆ ਜਿਹੜਾ ਉਹਨਾਂ ਜਿਹੜੇ ਉਹਨਾਂ ਦਾ ਸਿਮਰਨ ਕਰਦੇ ਆ ਧੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕੀ ਕਿਰਪਾ ਕਰਦੇ ਆ ਸਦਾ 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 ਦਿਆਲ ਸਦਾ ਦਿਆਲ ਸਦਾ ਸਦਾ Sada deyale. Sada sada. Sada deyale. Sada sada. Sada Sada sada. Deyalu. Sada, sada, sada ਸੇਮਰ ਸੇਮਰ ਨਾਨਕ ਭਏ ਨਹਾਲ ਸੇਮਰ ਸੇਮਰ ਨਾਨਕ ਭਏ ਨਹਾਲ ਸੇਮਰ ਸੇਮਰ ਨਾਨਕ ਭਏ ਨਹਾਲ ਸੇਮਰ ਸੇਮਰ ਨਾਨਕ ਭਏ ਨਿਹਾਲ 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 ਕੋਡੋ ਸੇਮਰ ਸੇਮਰ ਨਾਨਕ ਭਏ ਨਿਹਾਲ ਸਦਾ 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 ਦਇਆਲ ਸਦਾ 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 ਦਇਆਲ ਸੋਈ ਵਾਹਿਗੁਰੂ 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 ਵਾਹਿਗੁਰ ਵਾਹਿਗੁਰੂ 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 ਵਾਹਿ ਜਿਓ ਸੋ ਸਤਗੁਰ ਜੀ ਕਿਰਪਾ ਕਰਨ ਇਸੇ ਤਰ੍ਹਾਂ ਪਿਆਰਿਓ ਰੋਜ਼ਾਨਾ ਹੀ ਜੁੜਿਆ ਕਰੋ ਆਪਾਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਦਾ ਆਨੰਦ ਮਾਣਿਆ ਕਰੀਏ ਮਹਾਰਾਜ ਕਿਰਪਾ ਕਰਨ ਮਾਮ ਭੁੱਲਾਂ ਦੀ ਖੀਮਾ ਸਤਗੁਰ ਜੀ ਬਖਸ਼ਣ ਜੋਗ ਹਨ ਆਪ ਸਭ ਸੰਗਤਾਂ ਬਖਸ਼ਣ ਜੋਗ ਹੋ ਬਖਸ਼ ਦੇਣਾ ਜੀ ਗੁਰੂ ਜੀ ਕਿਰਪਾ ਕਰਨ ਜੀ ਸਦਾ 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 ਦਇਆਲ ਸਿਮਰ ਸਿਮਰ ਨਾਨਕ ਭੈ ਨਿਹਾਲ